ਪਲ ਹੈ ਸਿੱਖ ਇੱਕ ਬੜੀ ਵੱਡੀ ਅਵਸਥਾ ਹੈ ਉਹਨੂੰ ਸਿੱਖ ਕਹਿੰਦੇ ਨੇ ਜਿਵੇਂ ਮੈਂ ਇੱਕ ਡੈਫੀਨੇਸ਼ਨ ਵੀ ਪਾਈ ਹੈ ਸਿੱਖ ਦੀ YouTube ਤੇ Facebook ਤੇ ਵੀ ਉਹਨੂੰ ਸ਼ੇਅਰ ਕੀਤਾ ਉਹ ਸਿੱਖ ਦੀ ਡੈਫੀਨੇਸ਼ਨ ਚੋਂtheta ਪਾਸ਼ਾ ਸ੍ਰੀ ਗੁਰੂ ਆਰਾਮਦਾਸ ਪਾਸ਼ਾ ਜੀ ਨੇ ਲਿਖੀ ਹੈ ਕਿ ਗੁਰ ਸਤਗੁਰ ਕਾ ਜੇ ਸਿੱਖ ਖਾਏ ਸੋ ਭੜਕੇ ਉਠਰ ਨਾਮ ਤੇ ਆਵੇ ਉਦਮ ਕਰੇ ਭੜਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਵੀਂ ਉਹ ਨਵਾਂ ਅੰਮ੍ਰਿਤਸਰ ਸਾਡੇ ਅੰਦਰ ਹੈ ਜਿੱਥੇ ਸਿੱਖ ਨੇ ਇਸ਼ਨਾਨ ਕਰਨਾ ਹੈ ਤੇ ਫਿਰ ਇੱਕ ਅਵਸਥਾ ਆਈ ਨਾ ਇੱਕ ਉਹ ਵਸਤਾਲਾ ਹੋਏਗਾ ਤੇ ਇੱਥੇ ਇਸ਼ਨਾਨ ਕਰੇਗਾ ਤੇ ਜੇ ਇਸ ਤਰ੍ਹਾਂ ਆਪਾਂ ਪ੍ਰਚਾਰ ਕੀਤਾ ਜਾਵੇ ਸਿੱਖ ਦਾ ਤੇ ਕਿਹਦਾ ਜੀ ਕਰਦਾ ਨਹੀਂ ਸਿੱਖ ਬਣਨ ਨੂੰ ਉਹ ਹਰ ਇੱਕ ਜੀਵ ਸਿੱਖ ਹੈ ਜਿਹੜਾ ਇੱਥੇ ਤੱਕ ਪਹੁੰਚਦਾ ਹੈ ਉਹਨੂੰ ਦੁਨੀਆਦਾਰੀ ਦੇ ਵਿੱਚ ਆਪਾਂ ਭਾਵੇਂ ਮੁਸਲਮਾਨ ਕਹੀ ਚਾਹੀਏ ਭਾਵੇਂ ਹਿੰਦੂ ਭਾਵੇਂ ਸਾਈ ਪਰ ਉਸੇ ਕਹ ਜੇ ਇਥੋਂ ਤੱਕ ਪਹੁੰਚਦਾ ਹੈ ਗੁਰਬਾਣੀ ਅੰਸਾਰ ਦੂਜੀ ਗੱਲ ਹੈ ਗੁਰਮਤਿ ਪਿਆਰਿਓ ਆਪਾਂ ਗੁਰਬਾਣੀ ਵਿੱਚ ਪੜਦੇ ਹਾਂ ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ ਪੰਜ ਸ਼ਬਦ ਤਨਖਾਰ ਤੋਂ ਨਤੇ ਬਾਜੇ ਸ਼ਬਦ ਨਿਸ਼ਾਨ ਇਹ ਸ਼ਬਦ ਨੇ ਇਸ ਤਰ੍ਹਾਂ ਵਜਦੇ ਤਨਖਾਰ ਤੁਨ ਕੀ ਹੈ ਇੱਕ ਜਗ੍ਹਾ ਐਸੀ ਹੁੰਦੀ ਹੈ ਕਈ ਵਾਰੀ ਬੰਦਾ ਡਰ ਜਾਂਦਾ ਇਸ ਕਰਕੇ ਡਰਨਾ ਨਹੀਂ ਉਹ ਬਹੁਤ ਵਧੀਆ ਚੀਜ਼ ਹੁੰਦੀ ਹੈ ਉਹ ਇਦਾਂ ਸਾਰੇ ਸਾਜ਼ ਇਦਾਂ ਲੱਗਦਾ ਜਿਵੇਂ ਇੱਕੋ ਵਰੀ ਆਵਾਜ਼ ਪੈ ਕਈ ਸਾਰੇ ਸਾਜ਼ਾਂ ਦੇ ਜਿਵੇਂ ਇੱਕੋ ਵਰੀ ਕੋਈ ਡੰਡਾ ਮਾਰ ਦੇ ਹੱਥ ਮਾਰ ਦੇਵੇ ਉਹ ਜਗ੍ਹਾ ਇਸ ਤਰ੍ਹਾਂ ਤਨਕਾਰ ਪੈਂਦੀ ਹੈ ਉੱਥੇ ਸ਼ਬਦਾਂ ਦੀ ਠੀਕ ਹੈ ਨਾ ਇਹ ਆ ਜਿਹੜੇ ਇੱਧਰ ਸ਼ਬਦ ਆਪਾਂ ਬਣਾਏ ਨਾ ਸਾਜ਼ ਇਹ ਉਹਨਾਂ ਸ਼ਬਦਾਂ ਦੀ ਨਿਸ਼ਾਨੀ ਭਗਤਾਂ ਗੁਰੂ ਸਾਹਿਬਾਂ ਨੇ ਆਣ ਕੇ ਇੱਧਰ ਬਣਵਾਏ ਨੇ ਜਿਹੜੇ ਜਿਨਾਂ ਨੇ ਸੁਣੇ ਨੇ ਅੰਦਰੋਂ ਹੁਣ ਪੰਜ ਸ਼ਬਦ ਜਿਹੜੇ ਨੇ ਮਹਾਰਾਜ ਉਹ ਵੀ ਦੱਸ ਰਹੇ ਨੇ ਵਜਦੇ ਨੇ ਉਹਨਾਂ ਸ਼ਬਦਾਂ ਦੀ ਨਿਸ਼ਾਨੀ ਕੀ ਹੈ ਪੰਜਾਂ ਦੀ ਉਹ ਪੰਜ ਸ਼ਬਦ ਪੂਰੇ ਗੈਣ ਲਿਓ ਮਹਾਰਾਜ ਨੇ ਸ਼ਬਦ ਵਿੱਚ ਆਪਾਂ ਨੂੰ ਦੱਸ ਦਿੱਤੇ ਨੇ ਨੈਣੋ ਕਰ ਕਰ ਤਾਲ ਪਖਾਵਜ ਮੱਥੇ ਵਜੇ ਰਬਾਬਾ ਕਰਨੋ ਮਧ ਬੰਸਰੀ ਵਾਜੇ ਜੀਬਾ ਤੁੰ ਅਗਾਜਾ ਨਿਰਤ ਕਰੇ ਕਰ ਮਨਵਾ ਨਾਚੇ ਆਣੇ ਘੁੰਗਰ ਸਾਜਾ ਪੂਰੇ ਪੰਜ ਸ਼ਬਦ ਨੇ ਇਹ ਕਹਿਣ ਲਿਓ ਪਰ ਉਹ ਐਸ ਸਰੀਰ ਦੇ ਨਾਲ ਨਹੀਂ ਸੰਬੰਧ ਹੈਗਾ ਉਹਨਾਂ ਦਾ ਉਹ ਵੱਜਦੇ ਨੇ ਜਾ ਕੇ ਦੇਵ ਲੋਕ ਚ ਤੇ ਉੱਥੇ ਜਿਹੜਾ ਅੰਦਰਲੀ ਬਾਡੀ ਹੈ ਉਹਦਾ ਦੱਸਿਆ ਹੈ ਉਹਦੇ ਨਾਣਾ ਦੀ ਗੱਲ ਕੀਤੀ ਉਹ ਸਰੀਰ ਦੇ ਉਹਦੇ ਕੰਨਾਂ ਦੀ ਗੱਲ ਕੀਤੀ ਹੈ ਹਨਾ ਇੰਨਾ ਕੰਨਾਂ ਤੋਂ ਤੋਂ ਬਿਨਾ ਚੱਲਣਾ ਆਇਆ ਸੀ ਹੱਥਾਂ ਪੈਰਾਂ ਤੋਂ ਬਿਨਾ ਅਸੀਂ ਕਰਨਾ ਇਹਨਾਂ ਤੋਂ ਆ ਜਿਹੜੇ ਨੇ ਇਨਾ ਪੈਰਾਂ ਤੋਂ ਕਿਨਾ ਚੱਲਣਾ ਹੈ ਪੈਰੋਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ ਠੀਕ ਹੈ ਨਾ ਜੀਭੇ ਬਾਜੋਂ ਬੋਲਣਾ ਇਹ ਜੀਵ ਆ ਜਿਹੜੀ ਜੀਵ ਹੈ ਇਹ ਨਹੀਂ ਉੱਥੇ ਕੰਮ ਕਰਦੀ ਉੱਥੇ ਮਨ ਦੇ ਸਰੀਰ ਦੀ ਜੀਭ ਹੁੰਦੀ ਇਸ ਕਰਕੇ ਉਹ ਜਿਹੜੇ ਪੰਜ ਸ਼ਬਦ ਨੇ ਉਹ ਇਸ ਸਰੀਰ ਦੇ ਨਾਲ ਨਹੀਂ ਸੰਬੰਧ ਰੱਖਦੇ ਉਹ ਸੰਬੰਧ ਰੱਖਦੇ ਨੇ ਸਾਡੇ ਅੰਦਰਲੇ ਸਰੀਰ ਨਾਲ ਨੈਣੋ ਕਰ ਕਰ ਤਾਲ ਪਖਾਵਚ ਇਸ ਤਰ੍ਹਾਂ ਜਦੋਂ ਵਜਦੇ ਨੇ ਤਾਂ ਆਵਾਜ਼ ਪ੍ਰਗਟ ਹੁੰਦੀ ਹੈ ਮਾਥੇ ਵੱਜੇ ਰਬਾਬਾ ਰਬਾਬ ਦੀ ਆਵਾਜ਼ ਆਉਂਦੀ ਹੈ ਕਰਨੋ ਮਧ ਬਾਂਸਰੀ ਵਾਜੇ ਬਾਂਸਰੀ ਦੀ ਆਵਾਜ਼ ਆਉਂਦੀ ਹੈ ਜੀਭਾ ਤੋਂ ਨਾ ਗਾਜਾ ਉੱਥੇ ਜਿਵੇਂ ਗੜਗੜ ਜਿਹੀ ਦੀ ਆਵਾਜ਼ ਹੁਣ ਦੱਸ ਨਹੀਂ ਸਕਦੇ ਉਹ ਦਿੱਲੇ ਸ਼ਬਦਾਂ ਦੀ ਨਿਰਤ ਕਰੇ ਕਰ ਮਨੁਆ ਨਾਚੇ ਆਣੇ ਘੁੰਗਰ ਸਾਜਾ ਤੇ ਉੱਥੇ ਵੀ ਮਨ ਨਿਰਿਤ ਕਰਦਾ ਉਹਨਾਂ ਪੰਜਾਂ ਸ਼ਬਦਾਂ ਤੇ ਡਾਂਸ ਕਰਦਾ ਹੈ ਨੱਚਦਾ ਹੈ ਖੁਸ਼ ਹੁੰਦਾ ਜਿਵੇਂ ਇੱਧਰ ਇੱਧਰ ਲੋਕ ਨੱਚਦੇ ਨਾ ਨਾ ਸਾਜਾ ਦੂਜਿਆਂ ਤੇ ਅਸੀਂ ਬਸੇਰਾ ਨੱਚਦੇ ਰਹੇ ਜਦੋਂ ਅਗਿਆਨੀ ਹੁੰਦੇ ਸੀ ਉਹਨੂੰ ਮਹਾਰਾਜ ਕਹਿੰਦੇ ਨੇ ਮਾਇਆ ਕਰ ਜਗਤ ਸੁਸਤਾ ਨਾਚੇ ਟਾਪੇ ਅਵਰੋ ਗਾਵੇ ਮਨਮੁਖ ਭਗਤ ਨਾ ਹੋਈ ਇਹਨੂੰ ਕਿਹਨੇ ਸ਼ਕਤੀਕਰ ਜਗਤ ਸੁੱਤਾ ਵੀ ਜਿਹੜਾ ਸੰਸਾਰ ਦੇ ਵਿੱਚ ਆਣ ਕੇ ਇਹ ਤਿੰਨ ਗੁਣ ਮਾਇਆ ਚ ਜੀਵ ਸੋ ਜਾਂਦਾ ਹੈ ਤਹੀ ਗੁਣੀ ਸੰਸਾਰ ਪਰਮ ਸੁੱਤਾ ਤੇ ਸੁੱਤਾ ਪਿਆ ਉਹ ਇਹਨਾਂ ਸਾਜਾਂ ਤੇ ਨੱਚਦਾ ਹੈ ਸ਼ਕਤੀਕਰ ਜਗਤ ਸੁੱਤਾ ਨਾਚੇ ਟਾਪੇ ਅਵਰੋ ਗਾਵੇ ਆ ਜਿਹੜੇ ਆ ਗੀਤ ਗਾਣੇ ਆਪਾਂ ਸੁਣਦੇ ਨਾ ਗੰਧਮੰਦ ਇਹਨਾਂ ਨੂੰ ਕਹਿੰਦੇ ਨੇ ਅਵਰੋ ਗਾਵੇ ਮਨ ਮੁਖ ਭਗਤ ਨਾ ਹੋਈ ਤੇ ਮਹਾਰਾਜ ਕਹਿੰਦੇ ਇਹ ਜੀ ਆਜੀਬ ਪੱਕੀ ਦਾ ਰਸਤਾ ਨਹੀਂ ਕਰ ਸਕਦਾ ਇਹ ਤਾਂ ਚੱਡਣਾ ਪੈਂਦਾ ਗੁਰਮੁਖ ਪਿਆਰਿਓ ਰਸਤਾ ਤੇ ਕੀ ਕਰ ਸਕਦਾ ਨਾ ਬੰਦਾ ਇਸ ਕਰਕੇ ਜਿਹੜਾ ਮਨ ਦਾ ਨ੍ਰਿਤ ਹੈ ਨ੍ਰਿਤ ਹੁੰਦਾ ਹੈ ਨੱਚਣਾ ਡਾਂਸ ਕਰਨਾ ਉਹਨੇ ਕਰਨਾ ਇਹਨਾਂ ਪੰਜਾਂ ਸ਼ਬਦਾਂ ਦੇ ਉੱਤੇ ਨ੍ਰਿਤ ਕਰੇ ਕਰ ਮਨਵਾ ਨਾਚੇ ਆਣੇ ਘੁੰਗਰ ਸਾਜਾ ਘੰਗਰੂਆਂ ਦੀ ਆਵਾਜ਼ ਆਉਂਦੀ ਹੈ ਉੱਥੇ ਮਨ ਫਿਰ ਪੂਰਾ ਖੁਸ਼ ਹੋ ਜਾਂਦਾ ਉੱਥੇ ਫਿਰ ਉਹ ਰੰਕਾਰ ਦੇ ਸੋਲੇ ਗਾਉਂਦਾ ਉੱਥੇ ਫਿਰ ਉਹ ਸ਼ਬਦ ਗਾਉਂਦਾ ਹੈ ਉੱਥੇ ਮਹਾਰਾਜ ਦਾ ਸ਼ੁਕਰਾਨਾ ਕਰਦਾ ਹੈ ਸੱਚੇ ਪਾਤਸ਼ਾਹ ਦਾ ਤੇ ਗੁਰਮੁਖ ਪੈਰੋਂ ਆਪਾਂ ਸਾਰੇ ਸੰਸਾਰ ਦੇ ਵਿੱਚ ਵੇਖੋ ਕੰਮ ਹਰ ਇੱਕ ਨੇ ਕਰਨਾ ਹੈ ਇਹ ਤਨਨ ਨੂੰ ਪਾਲਣਾ ਹੈ ਠੀਕ ਹੈ ਨਾ ਤੇ ਪਰ ਜਿਹੜਾ ਆਪਾਂ ਨੂੰ ਜੋੜਨ ਦੀ ਆਤ ਪੈ ਗਈ ਨਾ ਵਿੱਚ ਹੀ ਮੈਨੂੰ ਆਤ ਪਈ ਹੈ ਔਰ ਬੰਦਾ ਕਈ ਵਾਰੀ ਫਸ ਜਾਂਦਾ ਨਿਕਲ ਨਹੀਂ ਸਕਦਾ ਇਥੋਂ ਮਹਾਰਾਜ ਕਰੇ ਆਪਾਂ ਨੂੰ ਜਿੰਨਾ ਕਿ ਚਾਹੀਦਾ ਉੱਥੇ ਤੱਕ ਮਹਾਰਾਜ ਲਿਆਂਕੇ ਭਗਤੀ ਕਰਾਏ ਇਹ ਖਜ਼ਾਨਾ ਜਿਆਦਾ ਹੈ ਤੇ ਜਿਹੜਾ ਇੱਥੇ ਦਾ ਉਹ ਜੋੜ ਕੇ ਤੇ ਰੱਖ ਜਾਣਾ ਹੈ ਮੁਰਕੇ ਆਪਾਂ ਥੋੜਾ ਵਰਤਣਾ ਹੈ ਕੌਡੀ ਕੌਡੀ ਜੋੜ ਕੇ ਜੋਰੇ ਲੱਖ ਕਰੋੜ 바ਪਾ ਕਬੀਰ ਜੀ ਕਹਿੰਦੇ ਨੇ ਵੀ ਕੌਡੀ ਕੌਡੀ ਇੱਕ ਇੱਕ ਕਰਕੇ ਜੋੜ ਕੇ ਕਰੋੜਾ ਜੋੜ ਲੈ ਤੇ ਕਹਿੰਦੇ ਜਦੋਂ ਜਾਂਦੀ ਵਾਰ ਲੇਲੰਗ ਉਠੀ ਥੋਰ ਲਗੋਟੀ ਵੀ ਲਾ ਲਈ ਉਹ ਵੀ ਕਹਿੰਦੇ ਵੀ ਖਾਲੀ ਨੰਗੇ ਨੰਗੇ ਧਾੜੀ ਜਾਣਾ ਪਿਆ ਠੀਕ ਹੈ ਨਾ ਉਹ ਵੀ ਨਹੀਂ ਕੰਮ ਆਈ ਇਸ ਕਰਕੇ ਚਲੋ ਬੱਚੇ ਆਪਾਂ ਪਾਲਣੇ ਹੁੰਦੇ ਨੇ ਸਾਰਿਆਂ ਨੇ ਠੀਕ ਹੈ ਨਾ ਉਹਨਾਂ ਕੰਮ ਬੰਦਾ ਕਰੇ ਜਿੰਨਾਂ ਕੋ ਉਹਨੂੰ ਮਹਾਰਾਜ ਬਖਸ਼ੀ ਜਾਵੇ ਰੋਟੀ ਪਾਣੀ ਸੌਖਾ ਰਹਿਣ ਸਹਿਣ ਸੌਖਾ ਬਖਸ਼ੀ ਜਾਵੇ ਹਨਾ ਜੀ ਇਸ ਕਰਕੇ ਕਿ ਜਿਵੇਂ ਬੰਦਾ ਕਿਵਰੀ ਘਰ ਇਸ ਤਰ੍ਹਾਂ ਦਾ ਲੈ ਪੈਂਦਾ ਹੈ ਨਿਆਣੇ ਪੜਦੇ ਨੇ ਉਹਨਾਂ ਦੇ ਇੱਥੇ ਖਰਚੇ ਕਾਫੀ ਤੁਹਾਨੂੰ ਪਤਾ ਤੇ ਪਰ ਮਹਾਰਾਜੇ ਕੇ ਅਰਦਾਸ ਕਰੀ ਦੀ ਕਿ ਸੱਚੇ ਪਾਤਸ਼ਾਹ ਵੀ ਜਿਹੜਾ ਭਗਤੀ ਦਾ ਮਾਰ ਗਿਆ ਇਹ ਵੱਧ ਤੋਂ ਵੱਧ ਬਖਸ਼ ਉਹ ਜਿਹੜਾ ਕੰਮ ਕੀਤਾ ਸਾਡਾ ਨਹੀਂ ਕਿਤੇ ਗਿਣਿਆ ਜਾਣਾ ਸਾਡਾ ਹੋਰ ਕੁਝ ਵੀ ਨਹੀਂ ਕਿਣਿਆ ਜਾਣਾ ਸਿਰਫ ਇੱਕੋ ਹੀ ਉੱਥੇ ਪੁੱਛਿਆ ਜਾਂਦਾ ਹੈ ਭਾਈ ਨਾਮ ਕਿੰਨਾ ਜਪ ਕੇ ਪੱਲੇ ਲੈ ਕੇ ਆਏ ਇਸ ਕਰਕੇ ਆਪਾਂ ਸਮਝਾਉਂਦੇ ਨੇ ਰਾਰਾ ਰੰਗੋ ਈਆ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਕਿਉਂ ਜਪੋ ਕਹਿੰਦੇ ਰੇ ਰੇ ਦਰਗੇ ਕਹੇ ਨਾ ਕੋ ਰੇ ਰੇ ਉੱਥੇ ਪਤਾ ਕਿਦਾਂ ਕਰਦੇ ਨੇ ਉੱਥੇ ਜਿਹੜੇ ਜੀਵ ਪਹੁੰਚੇ ਨੇ ਨਾ ਉਹ ਜਦੋਂ ਆਪਾਂ ਜਾਂਦੇ ਆ ਨਾਮ ਤੋਂ ਬਿਨਾਂ ਜਪ ਕੇ ਉਹ ਕਹਿੰਦੇ ਵੇਖੋ 84 ਲੱਖ ਜੂਨ ਚੋਂ ਮਾਲਕ ਨੇ ਇਹਨੂੰ ਮਾਨਸ ਜਮਾ ਬਖਸ਼ਿਆ ਤੇ ਮਾਨਸ ਜਮਾ ਬਖਸ਼ ਕੇ ਇਹਨੂੰ ਸੰਸਾਰ ਦੇ ਵਿੱਚ ਭੇਜਿਆ ਇਹਨੂੰ ਸਰੀਰ ਬਣਾ ਕੇ ਦਿੱਤਾ ਤੇ ਇਹ ਖਾਲੀ ਹੱਥ ਵਾਪਸ ਆ ਗਿਆ ਇਹ ਰੇਰੇ ਹੁੰਦੀ ਉੱਥੇ ਤੇ ਕਹਿੰਦੇ ਪਰ ਹੋਵੇ ਕੀ ਕਹਿੰਦੇ ਆਓ ਬੈਸ ਆਦਰ ਸਭ ਦਿਓ ਤੇ ਕਹਿੰਦੇ ਵੀ ਇਦਾਂ ਦਾ ਕੰਮ ਕਰਕੇ ਜਾਓ ਜਿਹਦੇ ਨਾਲ ਉੱਥੇ ਆਦਰ ਸਤਕਾਰ ਹੋਵੇ ਆਦਰ ਸਤਕਾਰ ਕਿਹਦੇ ਨਾਲ ਹੋਣਾ ਹੈ ਉਹ ਹੁਣ ਮਾਰਾ ਇਹਨਾਂ ਦੱਸਿਆ ਹਰ ਵੱਤੇ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਾਰਾ ਇਹ ਕਹਿੰਦਾ ਜੀਵਨ ਮਿਲਿਆ ਵੱਤਰੇ 84 ਲੱਖ ਜੁਮ ਚੋਂ ਤੇ ਜੇ ਨਾਮ ਨੇ ਜੱਬਿਆ ਤਾਂ ਅੱਗੇ ਭੁੱਖਾ ਕੀ ਖਾਏਗਾ ਇੱਥੇ ਇੱਕ ਮੇਰਾ ਮਿੱਤਰ ਹੈ ਉਹਦੇ ਮਾਤਾ ਜੀ ਨੇ ਕਹਿਣਾ ਵੀ ਮੈਨੂੰ ਪੈਸੇ ਦਿਓ ਮੈਂ ਪੁੰਨਦਾਨ ਕਰਨੇ ਨੇ ਤੇ ਮੈਨੂੰ ਅੱਗੇ ਮਿਲੂਗੇ ਜਾ ਕੇ ਗੁਰਮੁ ਪਿਆਰੇ ਪੁੰਨਦਾਨ ਮਾਰੇ ਕਹਿੰਦੇ ਜੋ ਬੀਜ ਦੇ ਸੋ ਧਰਮ ਰਾਏ ਕੇ ਜਾਈ ਇਹ ਤੋਂ ਉੱਥੇ ਕਿ ਜਿਹਦੇ ਮਨ 'ਚ ਇਹ ਹੈ ਉਹ ਭਾਈ ਅੱਗੇ ਜਾ ਕੇ ਉੱਥੇ ਹਸਾਬ ਕਰ ਦੂ ਤੇ ਪਰ ਜੇ ਨਾਮ ਨਹੀਂ ਜਪਿਆ ਤੇ ਇਹ ਮਾਨਸ ਜਾਮਾ ਬਾਰ-ਬਾਰ ਨਹੀਂ ਮਿਲਦਾ ਮਾਨਸ ਜਨਮ ਦਲੰਭ ਹੈ ਹੋਏ ਨਾ ਬਾਰੂ-ਬਾਰ ਜਿਉਂ ਬਨਫਲ ਪਾ ਕੇ ਭੋਇਂ ਗਰੇ ਬਹੁਰ ਨਾ ਲਾਗੇ ਡਰ ਇਸ ਕਰਕੇ ਨਾਮ ਜਪਣਾ ਜਿਹੜਾ ਰਸਨਾ ਦੁਆਰਾ ਵਾਹਿਗੁਰੂ ਸਿਮਰਨ ਇਹ ਕਰਨਾ ਹੀ ਪੈਣਾ ਗੁਰਮੰਤਰ ਜਪਣਾ ਹੀ ਪੈਣਾ ਹੈ ਗੁਰਬਾਣੀ 'ਚ ਬਾਰ-ਬਾਰ ਸਾਨੂੰ ਗੁਰਮੰਤਰ ਜਪਣ ਦੀ ਪ੍ਰੇਰਣਾ ਕਰਦੇ ਨੇ ਮਹਾਰਾਜ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹ ਨਾਨਕ ਗੁਰਮੰਤਰ ਦਰ ਲਾਇਆ ਠੀਕ ਹੈ ਨਾ ਘਰ ਕਿਹੜਾ ਨਿਜ ਘਰ ਜਿੱਥੇ ਆਪਾਂ ਜਾਂਦੇ ਹਾਂ ਬਾਹਰ ਕਿਹਨੂੰ ਕਹਿੰਦੇ ਨੇ ਜਿੱਥੇ ਆਪਾਂ ਆਪਣੇ ਘਰੋਂ ਬਾਹਰ ਇੱਥੇ ਇਸ ਸਰੀਰ ਦੇ ਵਿੱਚ ਆ ਗਏ ਇਹਨੂੰ ਬਾਹਰ ਕਹਿੰਦੇ ਨੇ ਸਵੇਰੇ ਆ ਗਏ ਰਾਤ ਨੂੰ ਵਾਪਸ ਚਲ ਗਏ ਘਰ ਦਿਨੇ ਆਪਾਂ ਬਾਹਰ ਆ ਗਏ ਆਪਣੇ ਘਰ ਤੋਂ ਘਰ ਸਾਡਾ ਸਾਰਿਆਂ ਦਾ ਕਿਹੜਾ ਹੈ ਸਤਿਗੁਰ ਤੇ ਪਾਏ ਵਿਚਾਰਾ ਸੁੰਨ ਸਮਾਗ ਸੱਚੇ ਕਰਵਾਰਾ ਨਾਨਕ ਨਿਰਮਲ ਨਾਦ ਸਬਦ ਤੋਂ ਨਾ ਸਚ ਰਾਮੇ ਨਾਮ ਸਮਾਏ ਦਾ ਉਥੇ ਸਾਡੇ ਘਰ ਦੇ ਵਿੱਚ ਨਿਰਮਲ ਨਾਦ ਚਲਦੀ ਰਹਿੰਦੀ ਹੈ ਹਮੇਸ਼ਾ ਤਾਂ ਗੁਰਮੁਖ ਪਿਆਰਿਓ ਇੰਨੀਆਂ ਵਿਚਾਰਾਂ ਸੰਨ ਇੰਨੀਆਂ ਬੇਨਤੀਆਂ ਨੇ ਜਿਹੜਾ ਗੁਰਮੁਖ ਪਿਆਰ ਉਹ ਸਿਮਰਨ ਕਰ ਲੇਗਾ ਭਗਤੀ ਕਰ ਲੇਗਾ ਉਹਨੂੰ ਕਹਿੰਦੇ ਨੇ ਮਾਨਸ ਜਮਾ ਸਫਲ ਕਰ ਗਿਆ ਹੈ ਤੇ ਜਿਹਨੇ ਨਹੀਂ ਕੀਤਾ ਗੁਰਮੁਖ ਪਿਆਰ ਉਹਨੂੰ ਗੁਰਮਤਿ ਦੇ ਵਿੱਚ ਗੁਰਬਾਣੀ 'ਚ ਕਹਿੰਦੇ ਨੇ ਗਵਾਕੇ ਚਲਾ ਗਿਆ ਹੈ ਆਪਾਂ ਭਾਵੇਂ ਇੱਥੇ ਮਹਿਲ ਬਣਾ ਜਾਈਏ ਕਰੋੜਾਂ ਰੁਪਏ ਛੱਡ ਜਾਈਏ ਲੇਕਿਨ ਗੁਰਮਾੜੀ ਦੇ ਵਿੱਚ ਆਪਾਂ ਨੂੰ ਕਹਣਗੇ ਮਾਨਸ ਜਮਾ ਗਵਾਕੇ ਚਲਾ ਗਿਆ ਜਿਉਂ ਆਇਆ ਤਿਉਂ ਜਾਇਸੀ ਕੀ ਆ ਲਿਖ ਲਿਆ ਜਾਏ ਮਨ ਮੁਖ ਮੂਲ ਗਵਾਇਆ ਦਰਗੇ ਮਿਲੇ ਸਜਾਏ ਉਹ ਮੂਲ ਉਹ சுவாਸਾਂ ਦੀ ਪੂੰਜੀ ਜਿਹੜੀ ਦਿੱਤੀ ਹੁੰਦੀ ਹੈ ਆਪਾਂ ਨੂੰ ਜਦੋਂ ਗਵਾ ਕੇ ਚਲੇ ਜਾਂਦੇ ਹਾਂ ਤੇ ਦਰਗਾਹ ਦੇ ਵਿੱਚ ਜਾ ਕੇ ਅੱਗੇ ਸਜਾ ਮਿਲਦੀ ਹੈ ਸਜਾ ਵੀ ਮਿਲਦੀ ਹੈ ਜੇ ਨਾਮ ਨਾਲ ਜਪੀਦਾ ਤਾਂ ਉਹ ਗੁਰਮੁ ਪਿਆਰਿਓ ਅਰਦਾਸ ਹੈ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਨਾਮ ਦਾ ਦਾਨ ਬਖਸ਼ੇ ਸਿਮਰਨ ਦੀ ਦਾਤ ਬਖਸ਼ੇ ਤੇ ਅਗਲੇ ਹਫਤੇ ਫਿਰ ਦਰਸ਼ਨ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ